ਕਿਸਾਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 15 ਜਨਵਰੀ 2021 ਨੂੰ ਕਿਸਾਨ ਯੂਨੀਅਨ ਦੇ ਪ੍ਰਤੀਨਿਧੀ ਤੇ ਸਰਕਾਰ ਦੇ ਵਿਚਾਰ ਜੋ ਨਵੇਂ ਦੌਰ ਦੀ ਮੀਟਿੰਗ ਹੋਈ ਸੀ ਉਹ ਬੇਛੜਾ ਰਹੀ ਉਸ ਮੀਟਿੰਗ ਤੋਂ ਬਾਅਦ ਦੇ ਵਿੱਚ ਅਗਲਾ ਘਟਨਾਕਰਮ ਕੀ ਹੈ ਉਸ ਦੇ ਬਾਰੇ ਵਿੱਚ ਇਸ ਵੀਡੀਓ ਚ ਗੱਲ ਕਰਦਾ ਹਾਂ ਰੈਫਰੈਂਸ ਦੇ ਤੌਰ ਤੇ ਇਹ ਜੋ ਤੁਸੀਂ ਖਬਰ ਪੜ ਰਹੇ ਹੋ ਭਾਰਤ ਸਰਕਾਰ ਦੇ ਪ੍ਰੈਸ ਇਨਫੋਰਮੇਸ਼ਨ ਬਿਊਰੋ ਆਮਰ ਉਜਾਲਾ ਤੇ ਇਸ ਦੇ ਨਾਲ ਟਾਈਮਸ ਆਫ ਇੰਡੀਆ ਦੀ ਮਦਦ ਲੈ ਰਹੇ ਆ ਜਿਹਦੇ ਕਿ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਰਿਹਾ ਹਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ 15 ਤਰੀਕ ਦੀ ਮੀਟਿੰਗ ਬੇਸ਼ਿੱਟਾ ਰਹਿਣ ਤੋਂ ਬਾਅਦ ਵਿੱਚ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਜੋ 26 ਜਨਵਰੀ 2021 ਨੂੰ ਟਰੈਕਟਰ ਮਾਰਚ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਦੀ ਤਿਆਰੀ ਜੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀ ਹੈ ਪੰਜਾਬ ਹਰਿਆਣਾ ਦੇ ਲਗਭਗ ਹਰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਇਸ ਮਾਰਚ ਨੂੰ ਕਾਮਯਾਬ ਕਰਨ ਦੇ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਜੇ ਅਮਰ ਉਜਾਲਾ ਦੀ ਰਿਪੋਰਟ ਦੇਖੀਏ ਤਾਂ ਉਹਨਾਂ ਦੇ ਅਨੁਸਾਰ ਲੁਧਿਆਣਾ ਦੇ ਵਿੱਚ ਟਰੈਕਟਰ ਮਾਰਚ ਨੂੰ ਕਾਮਯਾਬ ਕਰਨ ਵਾਸਤੇ ਜੋਰ ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਤੇ ਤਿਆਰੀਆਂ ਕਰ ਰਏ ਵਿਅਕਤੀਆਂ ਦੇ ਨਾਲ ਗੱਲ ਕਰਨ ਤੇ ਉਹਨਾਂ ਨੇ ਦੱਸਿਆ ਕਿ 24 ਜਨਵਰੀ ਤੱਕ ਦਿੱਲੀ ਬਾਰਡਰ ਤੱਕ 1 ਲੱਖ ਟਰੈਕਟਰ ਜੋ ਪਹੁੰਚਾਉਣ ਦਾ ਟਾਰਗੇਟ ਹੈ ਉਹ ਪੂਰਾ ਕਰ ਲਿਆ ਜਾਊਗਾ ਦੂਸਰੇ ਪਾਸੇ ਕੁਝ মিডিਆ ਹਾਊਸ ਗੁੰਮਰਾਹਕੁਨ ਪ੍ਰਚਾਰ ਕਰਕੇ ਇਸ ਮਾਰਚ ਨੂੰ ਫੇਲ ਕਰਨ ਦਾ ਯਤਨ ਕਰ ਰਿਹਾ ਹੈ ਜਿਸ ਦੇ ਵਿੱਚ ਇੱਕ ਝੂਠੀ ਖਬਰ ਫਲਾਈ ਗਈ ਕਿ ਇਹ ਟਰੈਕਟਰ ਮਾਰਚ ਕੈਂਸਲ ਕਰ ਦਿੱਤਾ ਗਿਆ ਹੈ ਜਿਸ ਦਾ ਖੰਡਨ ਸੰਯੁਕਤ ਕਿਸਾਨ ਮੋਰਚਾ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਕੀਤਾ ਤੇ ਇਹ ਵੀ ਤਾੜਨਾ ਕੀਤੀ ਕਿ ਜੇਕਰ ਕੋਈ ਗੁੰਮਰਾਹਕੁਨ ਪ੍ਰਚਾਰ ਕਰੇਗਾ ਤਾਂ ਉਸ ਦੇ ਖਿਲਾਫ ਅਦਾਲਤ ਦੇ ਵਿੱਚ ਅਪਰੋਚ ਕੀਤੀ ਜਾਏਗੀ ਦੋਸਤੋ ਅਗਲੇ ਦੌਰ ਦੀ ਮੀਟਿੰਗ 19 ਜਨਵਰੀ 2021 ਨੂੰ ਹੋਣੀ ਹੈ ਅਮਰਜਾਲਾ ਦੀ ਰਿਪੋਰਟ ਦੇ ਅਨੁਸਾਰ 17 ਜਨਵਰੀ ਨੂੰ ਖੇਤੀ ਮੰਤਰੀ ਨੇ ਇਹ ਕਿਹਾ ਕਿ ਇਹ ਕਾਨੂੰਨ ਜੋ ਹੈ ਇਹ ਪੂਰੇ ਭਾਰਤ ਦੇ ਲਈ ਹੈ ਵੱਖ-ਵੱਖ ਪ੍ਰਦੇਸ਼ਾਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਕੁਝ ਕਿਸਾਨ ਇਸ ਕਾਨੂੰਨ ਦੇ ਪੱਖ ਵਿੱਚ ਹਨ ਤੇ ਜਿਹੜੇ ਕਿਸਾਨ ਇਸ ਦੇ ਵਿਰੋਧ ਵਿੱਚ ਹਨ ਉਹ ਕਿਸਾਨ 19 ਤਰੀਕ ਦੀ ਬੈਠਕ ਵਿੱਚ ਜਾਂ ਮੀਟਿੰਗ ਦੇ ਵਿੱਚ ਬਿੰਦੂवार ਚਰਚਾ ਕਰਨ ਦੇ ਲਈ ਤਿਆਰ ਰਹਿਣ ਤੇ ਕਾਨੂੰਨ ਵਾਪਸ ਕਰਨ ਤੋਂ ਇਲਾਵਾ ਜਾਂ ਕਾਨੂੰਨ ਰੱਦ ਕਰਨ ਤੋਂ ਇਲਾਵਾ ਜਿਹੜੇ ਬਾਕੀ ਵਿਕਲਪ ਹੈਗੇ ਆ ਉਹਨਾਂ ਤੇ ਗੱਲ ਕਰਨ ਕਹਿਣ ਦਾ ਮਤਲਬ ਉਹਨਾਂ ਦੇ ਇਸ ਬਿਆਨ ਤੋਂ ਇਹ ਲੱਗਦਾ ਹੈ ਕਿ ਢਾਕ ਕੇ ਵਹੀ ਤਿੰਨ ਪਾਤ ਜਿਸ ਜਗ੍ਹਾ ਤੋਂ ਪਹਿਲੇ ਦਿਨ ਗੱਲਬਾਤ ਸ਼ੁਰੂ ਹੋਈ ਸੀ ਕਿਸਾਨ ਨੇ ਆਪਣਾ ਪਹਿਲੇ ਦਿਨ ਸਟੈਂਡ ਸਪਸ਼ਟ ਕੀਤਾ ਸੀ ਕਿ ਇਹ ਤਿੰਨੋਂ ਕਾਨੂੰਨ ਰੱਦ ਹੋਣੇ ਚਾਹੀਦੇ ਐ ਪਰੰਤੂ ਸਰਕਾਰ ਨੇ ਆਪਣਾ ਅੜੀਅਲ ਰੁਖ ਅਪਣਾਇਆ ਹੋਇਆ ਹੈ ਤੇ ਉਸ ਰੁਖ ਤੋਂ ਟਸ ਤੋਂ ਮਸ ਨਹੀਂ ਹੋ ਰਹੀ ਦੂਸਰੇ ਪਾਸੇ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵੀ ਹੈ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਤੇ ਕੁਝ ਟਾਈਮ ਲਈ ਜਿੰਨੀ ਦੇਰ ਤੱਕ ਕਮੇਟੀ ਦਾ ਫੈਸਲਾ ਨਹੀਂ ਆਉਂਦਾ ਇਹਨਾਂ ਕਾਨੂੰਨਾਂ ਨੂੰ ਹੋਲਡ ਕਰ ਦਿੱਤਾ ਗਿਆ ਵੀ ਉੰਨੀ ਦੇਰੇ ਲਾਗੂ ਨਹੀਂ ਹੋਣਗੇ ਤਾਂ ਕਮੇਟੀ ਦੇ ਬਾਰੇ ਕਿਸਾਨ ਨੁਮਾਇੰਦਿਆਂ ਦਾ ਕਿਸਾਨ ਯੂਨੀਅਨ ਨੁਮਾਇੰਦਿਆਂ ਦਾ ਇਹ ਸਾਫ਼-ਸਾਫ਼ ਕਹਿਣਾ ਹੈ ਕਿ ਇਹ ਕਮੇਟੀ ਦਾ ਜੋ ਮੈਂਬਰ ਹੈ ਕਮੇਟੀ ਬਣ ਤੋਂ ਪਹਿਲਾਂ ਇਹਨਾਂ ਕਾਨੂੰਨਾਂ ਦੇ ਪੱਖ ਵਿੱਚ ਵੱਖ-ਵੱਖ ਪ੍ਰੈਸ ਮੀਡੀਆ ਦੇ ਵਿੱਚ ਇਹ ਲੇਖ ਲਿਖ ਚੁੱਕੇ ਹਨ ਜਾਂ ਇਨ੍ਹਾਂ ਕਾਨੂੰਨਾਂ ਦੇ ਪੱਖ ਦੇ ਵਿੱਚ ਬਿਆਨ ਦੇ ਚੁੱਕੇ ਹਨ ਜਿਸ ਕਰਕੇ ਕਿਸਾਨ ਯੂਨੀਅਨ ਇਸ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਵੇਗੀ ਤਾਂ ਇਸ ਕਮੇਟੀ ਬੰਤੋਂ 2 ਦਿਨ ਬਾਅਦ ਹੀ ਇਸ ਕਮੇਟੀ ਦੇ ਇੱਕ ਮੈਂਬਰ ਸਰਦਾਰ ਭਪਿੰਦਰ ਸਿੰਘ ਮਾਨ ਜਿਨ੍ਹਾਂ ਦੇ ਉੱਪਰ ਕਾਫੀ ਪ੍ਰੈਸ਼ਰ ਸੀ ਉਹਨਾਂ ਨੇ ਜਿਹੜਾ ਹੈਗਾ ਇਸ ਕਮੇਟੀ ਤੋਂ ਰਿਜ਼ਾਈਨ ਦੇ ਦਿੱਤਾ ਤੇ ਅੱਜ ਪ੍ਰੈਸ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਹੀ ਕਮੇਟੀ ਸਾਹਮਣੇ ਪੇਸ਼ ਨਹੀਂ ਹੋਣਗੇ ਤਾਂ ਮੇਰਾ ਕਮੇਟੀ ਵਿੱਚ ਬਣੇ ਰਹਿਣ ਦਾ ਕੋਈ ਤੱਕ ਨਹੀਂ ਕੁੱਲ ਮਿਲਾ ਕੇ ਅੱਜ ਉਸ ਸਟੇਜ ਤੇ ਕਿਸਾਨ ਖੜੇ ਐ ਇਹ ਜੋ ਅੰਦੋਲਨ ਕਿਸੇ ਟਾਈਮ ਕਿਸਾਨ ਅੰਦੋਲਨ ਸੀ ਅੱਜ ਜਨ ਅੰਦੋਲਨ ਬਣ ਚੁੱਕਾ ਹੈ ਜਿਸ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਬੀਬੀਆਂ ਤੇ ਹਰ ਵਰਗ ਦੇ ਸਿਟੀਜ਼ਨ ਭਾਗ ਲੈ ਰਹੇ ਐ ਤੇ ਇਸ ਅੰਦੋਲਨ ਨੇ ਕਿਹੋ ਜੀ ਛਾਪ ਛੱਡੀ ਹੈ ਜਿਹੜੀ ਆਉਣ ਵਾਲੇ ਕਈ ਦਸ਼ਕਾਂ ਤੱਕ ਜੋ ਨਵੇਂ ਅੰਦੋਲਨ ਖੜੇ ਹੋਣਗੇ ਉਹਨਾਂ ਅੰਦੋਲਨ ਦੇ ਲਈ ਇੱਕ ਮਾਰਗਦਰਸ਼ਕ ਦਾ ਕੰਮ ਕਰੇਗਾ ਕਿ ਇੰਨੀ ਵੱਡੀ ਸੰਖਿਆ ਦੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕ ਕਿਸ ਸੇਵਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਹੈ ਉਸ ਦੇ ਨਾਲ ਨਾਲ ਡਿਸਪਲਿਨ ਦੇ ਵਿੱਚ ਰਹਿ ਕੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਦਿੱਲੀ ਬਾਰਡਰ ਦੇ ਉੱਪਰ 53 ਦਿਨ ਪੂਰੇ ਕੀਤੇ ਐ ਤਾਂ ਇਹੀ ਇਸ ਅੰਦੋਲਨ ਦੀ ਤਾਕਤ ਹੈ ਇਹ ਜੋ ਨੌਜਵਾਨਾਂ ਵੱਲੋਂ ਜਿਹੜੀ ਕਿ ਨੌਜਵਾਨੀ ਕਹੀ ਜਾਂਦੀ ਸੀ ਕਿ ਨਸ਼ਿਆਂ ਨੇ ਖਾਲੀ ਪੰਜਾਬ ਦਾ ਨੌਜਵਾਨ ਖਤਮ ਹੋ ਗਿਆ ਉਹਨਾਂ ਨੇ ਇਹ ਸੱਦ ਕਰ ਦਿੱਤਾ ਕਿ ਉਹ ਸੇਵਾ ਕਰਨ ਦੇ ਵਿੱਚ ਵੀ ਕਿਸੇ ਤੋਂ ਪਿੱਛੇ ਨਹੀਂ ਐ ਤੇ ਆਪਣੇ ਹੱਕਾਂ ਦੇ ਲਈ ਉਹ ਖੜਨ ਦੇ ਲਈ ਵੀ ਕਿਸੇ ਤੋਂ ਪਿੱਛੇ ਨਹੀਂ ਐ ਜੋ ਸਿੱਖ ਇਤਿਹਾਸ ਜੋ ਸਾਡੇ ਪੰਜਾਬ ਦਾ ਇਤਿਹਾਸ ਦੱਸਦਾ ਹੈ ਤਾਂ ਉਸੇ ਇਤਿਹਾਸ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਸ਼ਾਂਤੀਪੂਰਕ ਪੂਰਵਕ ਇਹ ਅੰਦੋਲਨ ਬਣਿਆ ਹੋਇਆ ਹੈ ਜਿਹੜਾ ਕਿ ਸਾਡੇ ਨੌਜਵਾਨ ਖਾਸ ਤੌਰ ਤੇ ਨੌਜਵਾਨ ਵਾਕਿਆ ਹੀ ਵਧਾਈ ਦੇ ਪਾਤਰ ਹਨ ਧੰਨਵਾਦ ਦੋਸਤੋ